ਸ਼ੋਪਿੰਗ ਸੈਂਟਰ ਹੋ ਗਏ, ਫੈਕਟਰੀਆਂ ਹੋ ਗਈਆਂ, ਪਤਾ ਨਹੀਂ ਕਿੰਨੇ ਪਾਣੀ ਦੀ ਬਰਬਾਦੀ ਹੁੰਦੀ ਆ। ਮੈਂ ਇਸ ਵਿਸ਼ੇ ਤੇ ਸਾਡੇ ਪਰਮਿੰਦਰ ਬਾਈ ਜੀ ਬੈਠੇ ਨੇ ਤੇ ਮੈਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ। ਲੜਾਈ ਝਗੜਾ ਹੁੰਦਾ, ਕਲੇਸ਼ ਪਾਉਂਦਾ ਤਾਂ ਘਰ ਦਾ ਮੁਖੀ ਉਹਨੂੰ ਘਰ ਦੇ ਕਲੇਸ਼ ਨੂੰ ਦੂਰ ਕਰਨ ਵਾਸਤੇ ਕੁਝ ਨਾ ਕੋਈ ਹੱਲ ਕਰਦਾ ਵਾ। ਤੁਸੀਂ ਦੇਖੋ ਵੀ ਜਿਹੜੇ ਸਾਡੇ, ਮੈਂ ਪਹਿਲਾਂ ਵੀ ਕਿਹਾ ਸੀ ਕਿ ਬੁਲਾਰੇ ਦੇ ਵਿਚਾਰ ਆਪਣੇ ਆ, ਤੇ ਇਹਦਾ ਉਹਦੇ ਨਾਲ ਸਹਿਮਤ ਹੋਣਾ ਜਾਂ ਬੈਠੀਆਂ ਸੰਗਤਾਂ ਦਾ ਕਿਸੇ ਦਾ ਸਹਿਮਤ ਜਾਂ ਸਹਿਮਤ ਹੋਣਾ ਜ਼ਰੂਰੀ ਨਹੀਂ, ਔਰ ਵਿਚਾਰ ਕਰਨੇ ਹਰ ਇੱਕ ਨੇ ਸਟੇਜ ਤੇ ਆ ਕੇ ਵਿਚਾਰ ਕਰਨੇ ਜ਼ਰੂਰੀ ਹੈ। ਫਤਿਹ ਭਾਈ ਦੀਪ ਸਿੰਘ ਜੀ ਨੇ ਇਹ ਇਤਿਹਾਸਕ ਜੋ ਮੰਚ ਸਿਰਜਿਆ, ਜਿਹੜੇ ਮੰਚ ਦੀ ਚਰਚਾ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੀ ਹੈ ਕਿ ਭਾਈ ਦੀਪ ਸਿੰਘ ਨੇ ਇੱਕ ਅਜਿਹਾ ਮੰਚ ਦਿੱਤਾ ਜਿੱਥੇ ਹਰ ਵਿਅਕਤੀ ਆ ਕੇ ਆਪਣੀ ਗੱਲ ਕਰ ਸਕਦਾ। ਮੈਂ ਸਮਝਦਾ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਵਰਤ ਕੇ ਜਦੋਂ ਅੰਨ ਦੀ ਟੋਟ ਸੀ, ਦੇਸ਼ ਭੁੱਖਾ ਮਰ ਰਿਹਾ ਸੀ, ਇਹਨਾਂ ਲੋਕਾਂ ਨੇ 65% ਅਨਾਜ ਪੈਦਾ ਕਰਕੇ ਦੇਸ਼ ਦੇ ਹਿੱਸੇ ਪਾਇਆ ਔਰ ਭੰਡਾਰ ਭਰਤੇ। ਅੱਜ ਲੋੜ ਨਹੀਂ ਰਹੀ, ਅੱਜ ਇਹਨਾਂ ਕਿਸਾਨਾਂ ਨੂੰ ਅੱਖਾਂ ਦਿਖਾਉਣ ਲੱਗ ਗਏ ਔਰ ਕਾਨੂੰਨ ਵੀ ਉਦੋਂ ਪਾਸ ਕਰੇ ਜਦੋਂ ਦੇਸ਼ ਦੇ ਵਿੱਚ ਮਹਾਂਮਾਰੀ ਚੱਲ ਰਹੀ ਸੀ, ਲਾਕਡਾਊਨ ਚੱਲ ਰਿਹਾ ਸੀ, ਉਦੋਂ ਲੋੜ ਨਹੀਂ ਸੀ। ਨਸ਼ਿਆਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਇਹ ਕਿਵੇਂ ਪਾਇਆ ਜਾ ਸਕਦਾ, ਇਹ ਬੁੱਧੀ ਜੀ ਬੈਠ ਕੇ ਵਿਚਾਰ ਕਰ ਸਕਦੇ ਨੇ ਵੀ ਕਿਵੇਂ ਹੋ ਸਕਦਾ। ਕਮੀ ਹੈ ਕਿ ਜਿਹਨਾਂ ਲੋਕਾਂ ਨੂੰ ਅਸੀਂ ਰਾਜ ਪਾਲ ਦਿੱਤਾ, ਜਿਹਨਾਂ ਨੂੰ ਕੁਰਸੀਆਂ ਤੇ ਬਿਠਾਇਆ, ਤੁਸੀਂ ਲੋਕਾਂ ਦੇ ਵੋਟਾਂ ਨਾਲ ਪਾ ਕੇ ਅੱਜ ਰਾਜ ਪਾਲ ਮਾਰ ਰਹੇ ਨੇ, ਭਾਵੇਂ ਪਹਿਲਾਂ ਵਾਲੇ ਮਾਰ ਕੇ ਗਏ, ਭਾਵੇਂ ਹੁਣ ਵਾਲੇ ਮਾਰ ਰਹੇ ਨੇ। ਜੋ ਫੇਰ ਕਰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਹਾਦਰ ਦੂਰ ਸਕੂਲ ਦਾ ਪੜ੍ਹਿਆ ਹੋਇਆ ਤੇ ਬਾਹਰ ਪ੍ਰੈਸ ਨੂੰ ਆ ਕੇ ਕਹਿੰਦਾ, ਕਹਿੰਦਾ ਬੀਬਾ ਜੀ ਬਿਸਕੁਟ ਖਾਂਦੇ ਰਹੇ, ਉਹਨੇ ਕਾਨੂੰਨ ਪੜ੍ਹਿਆ ਹੀ ਹੈ ਨੀ, ਬਿਨਾਂ ਪੜ੍ਹੇ ਸਾਈਨ ਕਰਤੇ, ਸਾਨੂੰ ਤਾਂ ਪਤਾ ਹੀ ਲੱਗਿਆ ਕਿਵੇਂ ਕਾਨੂੰਨ ਆ ਗਿਆ। ਕੋਈ ਅਜਿਹਾ ਮੂਰਖ ਹੈ ਕਿ ਕਾਨੂੰਨ ਆਇਆ ਹੋਵੇ, ਪੜ੍ਹਿਆ ਲਿਖਿਆ ਮੁੰਡਾ ਹੋਵੇ, ਇਹਨਾਂ ਦੀ ਅਨਪੜ੍ਹ ਵੀ ਹੋਵੇ, ਤਾਂ ਵੀ ਗੁਆਂਢੀਆਂ ਨੂੰ ਮਾਂ ਤੁਹਾਡਾ ਤੇਰਾ ਹੋਟਲ ਲਿਖਿਆ ਜੇ ਉੱਤੇ ਵਾਲਾ ਲੋਕ ਸਭਾ ਵਾਸਤੇ ਵੀ ਪਾਰਲੀਮੈਂਟ ਵੋਟ ਤੁਸੀਂ ਉਲਟ ਪਾਉਣੀ ਹੈ। ਇਹਨੂੰ ਘਰ ਵਾਲੇ ਪੁੱਛੇ ਕੋਈ ਕਿ ਆਪਣਾ ਮੈਂਬਰ ਇੱਥੇ ਕੋਈ ਹੈ ਨਹੀਂ, ਤੂੰ ਦੋਵੇਂ ਮੀਆਂ ਵੀ ਮੈਂਬਰ ਹੋ ਤੇ ਤੂੰ ਕਿਹਦੇ ਵਾਲੇ ਨੰਬਰ ਦੇ ਹੋ, ਜਾਂ ਤੇਰੀ ਘਰ ਵਾਲੀ ਤੇਰੀ ਗੱਲ ਨਹੀਂ ਮੰਨਦੀ, ਜਾਂ ਤੂੰ ਉਹਦੀ ਗੱਲ ਨਹੀਂ ਮੰਨਦਾ, ਕਿਹਦਾ ਮੈਂਬਰ ਵੀ ਹੈ ਨਹੀਂ ਪਾਰਲੀਮੈਂਟ ਦੇ ਵਿੱਚ ਅਕਾਲੀਆਂ ਦਾ, ਦੋਵੇਂ ਮੀਆਂ ਵੀ ਮੈਂਬਰ ਨੇ। ਆਹ ਦੂਜਾ ਬਾਰ ਬਾਰ ਜ਼ਿਕਰ ਹੋਇਆ, ਕਹਿੰਦੇ 4400 ਕਰੋੜ ਰੁਪਇਆ ਆਇਆ ਸ਼ਹਿਰ ਤੇ ਐਕਸਾਈਜ਼ ਡਿਊਟੀ ਦਾ, ਭਰਾਵੋ ਅੱਗੇ 4400 ਵੀ ਨਹੀਂ ਆਇਆ ਹੈ। ਆ ਤੁਹਾਡੇ ਨੇੜੇ ਹੀ ਰਾਜਪੁਰੇ ਸ਼ਰਾਬ ਬਣਦੀ ਰਹੀ, ਆ ਸਾਰੇ ਸ਼ਹਿਰ ਦੀ ਬਣਾ ਕੇ ਲੋਕਾਂ ਨੂੰ ਭੇਜਤੀ, ਪੁੱਛੇਗੇ ਕਿਹਨੂੰ, ਸਾਰੀ ਮਾਰ ਦੇ ਲੋਕ ਸਰਕਾਰ ਤੋਂ ਆਉਣਾ ਹੀ ਕੀ ਸੀ, ਤੇ ਕੋਈ ਇਨਕੁਆਰੀ ਹੈ ਨਹੀਂ, ਕੋਈ ਨਹੀਂ ਪੁੱਛਦਾ ਹੈ। ਤੇ ਅਮਰਿੰਦਰ ਸਿੰਘ ਵੀ ਔਰ ਬਾਦਲ ਟੱਪਰ ਵੀ।